ਬੇਅਦਬੀ ਮਾਮਲੇ ਵਿੱਚ ਸੀ ਬੀ ਆਈ ਵੱਲੋਂ ਸੌਂਪੀ ਗਈ ਕਲੋਜ਼ਰ ਰਿਪੋਰਟ ਦਾ ਪੰਥਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਇੱਥੇ ਮੰਗਲਵਾਰ ਨੂੰ ਸਿੱਖ ਜਥੇਬੰਦੀਆਂ ਵੱਲੋਂ ਪੰਥਕ ਏਕਤਾ ਦਾ ਇਕਾਠ ਕੀਤਾ ਗਿਆ। ਇਸ ਦੌਰਾਨ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਬੇਅਦਬੀ ਮਾਮਲਿਆਂ ਸੰਬੰਧੀ ਜੋ ਸੀ ਬੀ ਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹ ਕੇਂਦਰ ਸਰਕਾਰ ਦੇ ਦਬਾਅ ਹੇਠ ਹੋਈ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਤੇ ਸੌਦਾ ਸਾਧ ਨੂੰ ਬਚਾਉਣ ਲਈ ਗਲਤ ਜਾਂਚ ਕੀਤੀ ਗਈ ਹੈ। ਇਸ ਤੋਂ ਇਲਾਵਾ ਜਥੇਬੰਦੀਆਂ ਨੇ ਬਰਗਾੜੀ ਮੋਰਚਾ ਕਮੇਟੀ 'ਤੇ ਵੀ ਸਵਾਲ ਖੜ੍ਹੇ ਕੀਤੇ ਨੇ। ਸੀ ਬੀ ਆਈ ਦੀ ਕੁਰਜਰ ਰਿਪੋਰਟ ਆਈ ਆ ਉਹਦੇ ਵਿਰੁੱਧ ਵੀ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਆ ਸੀ ਬੀ ਆਈ ਨੇ ਵੀ ਸਾਨੂੰ ਇਹਦੇ ਵਿੱਚੋਂ ਕੁਛ ਨਹੀਂ ਮਿਲਿਆ, ਜਿਹੜਾ ਕਿ ਸਰਿਆ ਸਾਰਾ ਹੀ ਸਾਨੂੰ ਆਪ ਨੂੰ ਪਤਾ ਆ ਵੀ ਜਿਹੜਾ ਬਿੱਟੂ ਆ ਉਹਦੇ ਮਰਨ ਦੇ ਨਾਲ ਆ ਕਿ ਸਾਰਾ ਕੰਮ ਖਤਮ ਹੋ ਗਿਆ, ਉਹਦੇ ਮਰਨ ਨਾਲ ਕਿਵੇਂ ਸਾਰਾ ਕੰਮ ਖਤਮ ਹੋ ਗਿਆ, ਬਿੱਟੂ ਨੂੰ ਕਿਹਨੇ ਸ਼ਹਿ ਦਿੱਤੀ ਸਿਰਸੇ ਵਾਲੇ ਸਾਧ ਨੇ, ਸਿਰਸੇ ਵਾਲੇ ਸਾਧ ਨੂੰ ਕਿਹਦੀ ਸ਼ਹਿ ਮਿਲੀ ਸੀ ਸੁਖਬੀਰ ਬਾਦਲ ਦੀ ਸਿਰਫ ਵੋਟਾਂ ਦੇ ਪਿੱਛੇ, ਔਰ ਜਿੰਨਾ ਪ੍ਰੋਪੋਗੰਡਾ ਇਹ ਹੁਣ ਹੋ ਰਿਹਾ ਆ ਉਹਦੇ ਸੰਬੰਧ ਦੇ ਵਿੱਚ ਇਹ ਦੇਣ ਆਏ ਆ ਵੀ ਦੋ ਇਹਨਾਂ ਦੇ ਜਿਹੜੇ ਚੇਲੇ ਆ ਜਿੰਨੇ 22 ਬੰਦੇ ਹੋਰ ਆ ਬਿੱਟੂ ਤੋਂ ਬਿਨਾਂ ਜਿਹੜੇ ਸੀ ਬੀ ਆਈ ਨੇ ਇਨਵੋਲਵ ਕਰੇ ਸੀ ਇਸ ਕੇਸ ਦੇ ਵਿੱਚ, ਅਤੇ ਉਹ ਬੰਦੇ ਹੁਣ 22 ਬੰਦਿਆਂ ਦੀ ਰਿਪੋਰਟ ਕਿੱਦਾਂ ਖਤਮ ਹੋ ਗਈ, ਉਹਨਾਂ ਬਾਰੇ ਕਿਉਂ ਨਹੀਂ ਬੋਲਿਆ ਜਾ ਰਿਹਾ, ਇੱਕ ਸਿਰਫ ਹਰਿਆਣੇ ਦੇ ਵਿੱਚ ਵੋਟਾਂ ਪੈਣੀਆਂ ਨੇ ਉਹਦੀ ਵਜ੍ਹਾ ਦੇ ਨਾਲ ਇਹ ਕਾਰਵਾਈ ਹੋ ਰਹੀ ਆ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।